ਕਿਸਾਨਾਂ ਨੇ ਪਤੰਗ ਚੜਾ ਲਿਆ ਸ਼ੰਭੂ ਬੈਰੀਅਰ ਦੇ ਉੱਤੇ। ਅੱਜ ਬਸੰਤ ਵੀ ਹੈ ਤੇ ਬਸੰਤ ਦੇ ਵਿੱਚ ਜਿੱਥੇ ਮੌਤ ਨਜ਼ਰ ਆ ਰਹੀ ਹੋਵੇ ਬੈਰੀਅਰ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹੋਣ, ਰਬੜ ਦੀਆਂ ਗੋਲੀਆਂ ਚੱਲ ਰਹੀਆਂ ਹੋਣ, ਉੱਥੇ ਪਤੰਗ ਕਿਉਂ ਚੜਾਏ ਜਾ ਰਹੇ ਨੇ ਤੁਹਾਡਾ ਸਵਾਲ ਹੋਏਗਾ। ਇਹ ਪਤੰਗ ਤਾਂ ਚੜਾਇਆ ਜਾ ਰਿਹਾ ਵੀ ਇਹ ਪੇਚਾ ਕਿਸੇ ਦੂਜੇ ਪਤੰਗ ਨਾਲ ਨਹੀਂ ਪਾਉਣਾ, ਇਹ ਪੇਚਾ ਪੈਣਾ ਡਰੋਨ ਦੇ ਨਾਲ। ਜਦੋਂ ਡਰੋਨ ਦੇ ਨਾਲ ਲੱਦ ਕੇ ਉਰੇ ਅਥਰੂ ਗੈਸ ਦੇ ਗੋਲੇ ਆਉਣਗੇ ਤਾਂ ਇਹ ਪੇਚਾ ਪਾ ਕੇ ਕਹਿੰਦੇ ਡਰੋਨ ਥੱਲੇ ਸੁੱਟ ਲੈਣਾ। ਬਾਈ ਨਵਾਂ ਜਗਾੜ, ਕਮੈਂਟਾਂ ਦੇ ਵਿੱਚ ਵੀ ਤੁਸੀਂ ਲਗਾਤਾਰ ਦੱਸ ਰਹੇ ਸੀਗੇ ਕਿ ਕੁਛ ਕੀਤਾ ਜਾਵੇ। ਆਹ ਬਾਈ ਮਾਰ ਰਿਹਾ ਤੁਣਕੇ ਵੀਰੇ, ਹਵਾ ਘੱਟ ਲੱਗ ਰਹੀ ਹੈ, ਠੀਕ ਆ, ਖਿੱਚ ਖੁੱਚ ਪੈ ਜੂ, ਖਿੱਚ ਪੈ ਜੂਗੀ, ਪੈਜੂਲਾ ਬੰਦਾ ਖੱਬੂ ਖੱਬੂ ਆ, ਡੋਰ ਐਂ ਕਰਕੇ ਵਿਖਾ ਦਾਂ ਵੀ ਕਿਹੜੀ ਢੇਲ ਵਾਲੀ ਕਿ ਖਿੱਚ ਵਾਲੀ ਆ। ਵੀਰੇ ਕੱਲ ਜਿੰਨੇ ਪੈਂਚੜੇ ਆਪਾਂ ਦੇਖ ਲਏ, ਅੱਜ ਉਹਨਾਂ ਨੂੰ ਆਪਣੇ ਡਿਫੈਂਸ ਦੇ ਵਿੱਚ ਅਸੀਂ ਹਰ ਚੀਜ਼ ਕਰ ਰਹੇ ਹਾਂ, ਗਲੇਲਾਂ ਵੀ ਪਹੁੰਚ ਗਈਆਂ, ਬੋਲਾਂ ਵੀ ਪਹੁੰਚ ਗਈਆਂ ਤੇ ਪਤੰਗ ਵੀ ਚਾੜ ਲਏ। ਅੱਜ ਫਿਰ ਸੁੱਟ ਲਓਗੇ ਡਰੋਨ? ਸੁੱਟ ਲਾਂਗੇ ਜੀ, ਸੁੱਟਾਂਗੇ ਜੀ, ਜੇ ਉਹ ਹੁਣ ਆਏਗਾ ਨਾ ਡਰੋਨ ਤੇ ਉਹਦੇ ਨਾਲ ਡੋਰ ਅੜਾ ਕੇ ਉਹਨੂੰ ਜ਼ਰੂਰ ਸੁੱਟਾਂਗੇ। ਸਰਕਾਰ ਨੂੰ ਵਿਖਾ ਦਿਓ ਹਥਿਆਰ ਜਿਹੜੇ ਲਿਆਂਦੇ ਕਿਸਾਨਾਂ ਨੇ ਟਰਾਲੀਆਂ ਜਾਂ ਥਾਂ ਦੇ ਵਿੱਚ ਬੋਰੇ ਆ, ਇਹ ਬੋਰੇ ਗਿੱਲੇ ਕੀਤੇ ਹੋਏ ਜਦੋਂ ਗੈਸ ਦਾ ਗੋਲਾ ਡਿੱਗ ਰਿਹਾ। ਕੱਲ 2500-3000 ਗੋਲਾ ਕੱਲ ਸੁੱਟਿਆ, ਇੱਕ ਗੱਲ ਤੁਸੀਂ ਸਿੱਖ ਲਈ ਵੀ ਆ ਬੋਰਿਆਂ ਨਾਲ ਗੋਲਾ। ਹੁਣ ਅਸੀਂ ਲੱਕ ਦੇ ਵਿੱਚ ਆਣ ਕੇ ਵੱਜਾ ਗੋਲਾ, ਥੱਲੇ ਖਲੋਤੇ ਸੀ ਅਸੀਂ, ਉਹ ਮਹਾਂ ਹੀ ਬਚਿਆ ਮੈਂ, ਉਹ ਐਕਸਪਾਇਰ ਹੋਇਆ ਸੀ, ਉਹਨੂੰ ਫੜ ਕੇ ਅਸੀਂ ਦੇਖਿਆ 2022 ਦਾ ਐਕਸਪਾਇਰ ਸੀ, ਉਹ ਚੱਲਿਆ ਨਹੀਂ, ਐਕਸਪਾਇਰ ਸਾਰਾ ਜਿਹੜਾ 19 ਵਾਲੇ ਵੀ ਚੱਲੇ ਆ ਬਾਈ ਇਹਨਾਂ ਦੇ ਕੋਲੇ, ਬਾਬਾ ਇਕੱਠੇ ਹੋਣਗੇ ਕਹਿੰਦੇ ਵੀ ਅੱਜ ਕੱਢ ਦਈਏ ਹੈ ਨਾ। ਸੋ ਇਹ ਤਾਜ਼ਾ ਤਸਵੀਰਾਂ ਨੇ, ਜ਼ਿਆਦਾ ਲੰਬੀ ਵੀਡੀਓ ਤਾਂ ਨਹੀਂ ਕਰ ਸਕਦੇ ਕਿਉਂਕਿ ਭੇਜਣ 'ਚ ਵੀ ਬੜੀ ਮੁਸ਼ਕਲ ਆ ਰਹੀ। ਆਹ ਦਿਖਾ ਨਿੱਕਾ ਬਾਈ ਜਿਹੜਾ ਤੁਣਕੇ ਮਾਰ ਰਿਹਾ, ਸਾਨੂੰ ਰਾਹ 'ਚ ਵੀ ਟੱਕਰਿਆ ਸੀਗਾ ਪਤੰਗ ਲੈ ਕੇ ਆਉਂਦਾ, ਕਹਿੰਦਾ ਅੱਜ ਮੈਂ ਡਰੋਨ ਨਾਲ ਪੇਚਾ ਪਾਊਂਗਾ, ਟੱਕਰ ਗਿਆ ਮੈਨੂੰ। ਬਾਈ ਕਿਵੇਂ ਹਵਾ ਠੀਕ ਆ, ਪੈਜੂ ਪੇਚਾ? ਹਾਂਜੀ ਹਾਂਜੀ ਬਾਈ, ਪੈਜੂਗਾ ਪੇਚਾ, ਪੇਚੇ ਪਾਣ ਨਹੀਂ ਲੈ ਕੇ ਆਏ ਹਾਂ। ਪੁਲਿਸ ਅੱਜ ਉੱਦਾਂ ਬਸੰਤ ਵੀ ਆ ਵੀਰੇ, ਲੋਕੀ ਬਸੰਤ ਪੰਜਾਬ ਪਤੰਗ ਚੜਾਉਂਦੇ ਹੋਣੇ, ਤੁਸੀਂ ਇੱਥੇ ਬਾਰਡਰ ਤੇ ਪਤੰਗ ਚੜਾਇਆ? ਹਾਂਜੀ ਹਾਂਜੀ, ਸੇਮ ਹੀ ਕਰਨ, ਦੋ ਤਿਉਹਾਰ ਇਕੱਠੇ ਕਰ ਰਹੇ ਹਾਂ ਜੀ, ਬਸੰਤ ਪੰਚਮੀ ਤੇ ਡਰੋਨ ਪੰਚਮੀ। ਡਰੋਨ ਪੰਚਮੀ ਵੀ, ਡਰੋਨ ਪੰਚਮੀ ਮੁੰਡੇ ਨਵਾਂ ਨਾਂ ਦਿੱਤਾ। ਸੋਚ ਤਸਵੀਰਾਂ ਦਾ ਵੀ ਕਰੀ ਦਿਖਾਓ, ਅੱਜ ਜਿੰਨੇ ਪੈਂਚੜੇ ਸੀਗੇ ਸਰਕਾਰ ਦੇ, ਉਹਦੇ ਜਵਾਬ ਦੇ ਵਿੱਚ ਉਹਦੇ ਬਦਲ ਦੇ ਵਿੱਚ ਪੂਰੀ ਤਿਆਰੀ ਕਿਸਾਨਾਂ ਵੱਲੋਂ ਕਰ ਲਈ ਗਈ ਹੈ। ਸੋ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਸਵੇਰੇ ਕੁਛ ਗੋਲੇ ਸਿੱਟੇ ਗਏ ਸੀਗੇ। ਹੁਣ ਪੁਲਿਸ ਕੀ ਕਰਦੀ ਹੈ, ਕਦੋਂ ਆਪਣਾ ਨਵਾਂ ਪੈਂਚੜਾ ਕੋਈ ਛੱਡਦੀ ਨਵਾਂ ਸ਼ੋਸ਼ਾ ਹੁੰਦਾ ਜਾਂ ਫਿਰ ਕੱਲ੍ਹ ਵਾਲੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਣਗੀਆਂ, ਉਹਦੇ ਬਦਲ ਦੇ ਵਿੱਚ ਕਿਸਾਨਾਂ ਨੇ ਤਿਆਰੀ ਪੂਰੀ ਕਰ ਲਈ। ਕਿਸਾਨਾਂ ਨੇ ਪਤੰਗ ਚੜਾ ਲਿਆ ਸ਼ੰਭੂ ਬੈਰੀਅਰ ਦੇ ਉੱਤੇ। ਅੱਜ ਬਸੰਤ ਵੀ ਹੈ ਤੇ ਬਸੰਤ ਦੇ ਵਿੱਚ ਜਿੱਥੇ ਮੌਤ ਨਜ਼ਰ ਆ ਰਹੀ ਹੋਵੇ ਬੈਰੀਅਰ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹੋਣ, ਰਬੜ ਦੀਆਂ ਗੋਲੀਆਂ ਚੱਲ ਰਹੀਆਂ ਹੋਣ, ਉੱਥੇ ਪਤੰਗ ਕਿਉਂ ਚੜਾਏ ਜਾ ਰਹੇ ਨੇ ਤੁਹਾਡਾ ਸਵਾਲ ਹੋਏਗਾ। ਇਹ ਪਤੰਗ ਤਾਂ ਚੜਾਇਆ ਜਾ ਰਿਹਾ ਵੀ ਇਹ ਪੇਚਾ ਕਿਸੇ ਦੂਜੇ ਪਤੰਗ ਨਾਲ ਨਹੀਂ ਪਾਉਣਾ, ਇਹ ਪੇਚਾ ਪੈਣਾ ਡਰੋਨ ਦੇ ਨਾਲ। ਜਦੋਂ ਡਰੋਨ ਦੇ ਨਾਲ ਲੱਦ ਕੇ ਉਰੇ ਅਥਰੂ ਗੈਸ ਦੇ ਗੋਲੇ ਆਉਣਗੇ ਤਾਂ ਇਹ ਪੇਚਾ ਪਾ ਕੇ ਕਹਿੰਦੇ ਡਰੋਨ ਥੱਲੇ ਸੁੱਟ ਲੈਣਾ। ਬਾਈ ਨਵਾਂ ਜਗਾੜ, ਕਮੈਂਟਾਂ ਦੇ ਵਿੱਚ ਵੀ ਤੁਸੀਂ ਲਗਾਤਾਰ ਦੱਸ ਰਹੇ ਸੀਗੇ ਕਿ ਕੁਛ ਕੀਤਾ ਜਾਵੇ। ਆਹ ਬਾਈ ਮਾਰ ਰਿਹਾ ਤੁਣਕੇ ਵੀਰੇ, ਹਵਾ ਘੱਟ ਲੱਗ ਰਹੀ ਹੈ, ਠੀਕ ਆ, ਖਿੱਚ ਖੁੱਚ ਪੈ ਜੂ, ਖਿੱਚ ਪੈ ਜੂਗੀ, ਪੈਜੂਲਾ ਬੰਦਾ ਖੱਬੂ ਖੱਬੂ ਆ, ਡੋਰ ਐਂ ਕਰਕੇ ਵਿਖਾ ਦਾਂ ਵੀ ਕਿਹੜੀ ਢੇਲ ਵਾਲੀ ਕਿ ਖਿੱਚ ਵਾਲੀ ਆ। ਵੀਰੇ ਕੱਲ ਜਿੰਨੇ ਪੈਂਚੜੇ ਆਪਾਂ ਦੇਖ ਲਏ, ਅੱਜ ਉਹਨਾਂ ਨੂੰ ਆਪਣੇ ਡਿਫੈਂਸ ਦੇ ਵਿੱਚ ਅਸੀਂ ਹਰ ਚੀਜ਼ ਕਰ ਰਹੇ ਹਾਂ, ਗਲੇਲਾਂ ਵੀ ਪਹੁੰਚ ਗਈਆਂ, ਬੋਲਾਂ ਵੀ ਪਹੁੰਚ ਗਈਆਂ ਤੇ ਪਤੰਗ ਵੀ ਚਾੜ ਲਏ। ਅੱਜ ਫਿਰ ਸੁੱਟ ਲਓਗੇ ਡਰੋਨ? ਸੁੱਟ ਲਾਂਗੇ ਜੀ, ਸੁੱਟਾਂਗੇ ਜੀ, ਜੇ ਉਹ ਹੁਣ ਆਏਗਾ ਨਾ ਡਰੋਨ ਤੇ ਉਹਦੇ ਨਾਲ ਡੋਰ ਅੜਾ ਕੇ ਉਹਨੂੰ ਜ਼ਰੂਰ ਸੁੱਟਾਂਗੇ ਜੀ। ਸਰਕਾਰ ਨੂੰ ਵਿਖਾ ਦਿਓ ਹਥਿਆਰ ਜਿਹੜੇ ਲਿਆਂਦੇ ਕਿਸਾਨਾਂ ਨੇ ਟਰਾਲੀਆਂ ਜਾਂ ਥਾਂ ਦੇ ਵਿੱਚ ਬੋਰੇ ਆ, ਇਹ ਬੋਰੇ ਗਿੱਲੇ ਕੀਤੇ ਹੋਏ ਜਦੋਂ ਗੈਸ ਦਾ ਗੋਲਾ ਡਿੱਗ ਰਿਹਾ। ਕੱਲ 2500-3000 ਗੋਲਾ ਕੱਲ ਸੁੱਟਿਆ, ਇੱਕ ਗੱਲ ਤੁਸੀਂ ਸਿੱਖ ਲਈ ਵੀ ਆ ਬੋਰਿਆਂ ਨਾਲ ਗੋਲਾ। ਹੁਣ ਮੇਰੇ ਲੱਕ ਦੇ ਵਿੱਚ
ਬਚਾਣ ਕੇ ਵੱਜਾ ਗੋਲਾ ਥੱਲੇ ਖਲੋਤੇ ਸੀ ਅਸੀਂ ਉਹ ਮਹਾਂ ਹੀ ਬਚਿਆ ਮੈਂ ਉਹ ਐਕਸਪਾਇਰ ਹੋਇਆ ਸੀ ਉਹਨੂੰ ਫੜ ਕੇ ਅਸੀਂ ਦੇਖਿਆ 2022 ਦਾ ਐਕਸਪਾਇਰ ਸੀ ਉਹ ਚੱਲਿਆ ਨਹੀਂ ਐਕਸਪਾਇਰ ਸਾਰਾ ਜਿਹੜਾ 19 ਵਾਲੇ ਵੀ ਚੱਲੇ ਆ ਬਾਈ ਇਹਨਾਂ ਦੇ ਕੋਲੇ ਵਾਵਾ ਇਕੱਠੇ ਹੋਣਗੇ ਕਹਿੰਦੇ ਵੀ ਅੱਜ ਕੱਢ ਦਈਏ ਹਨਾ ਸੋ ਇਹ ਤਾਜ਼ਾ ਤਸਵੀਰਾਂ ਨੇ ਜ਼ਿਆਦਾ ਲੰਬੀ ਵੀਡੀਓ ਤਾਂ ਨਹੀਂ ਕਰ ਸਕਦੇ ਕਿਉਂਕਿ ਭੇਜਣ 'ਚ ਵੀ ਬੜੀ ਮੁਸ਼ਕਲ ਆ ਰਹੀ ਆਹ ਦਿਖਾ ਨਿਕਲ ਬਾਈ ਜਿਹੜਾ ਤੁਣਕੇ ਮਾਰ ਰਿਹਾ ਸਾਨੂੰ ਰਾਹ 'ਚ ਵੀ ਟੱਕਰਿਆ ਸੀਗਾ ਪਤੰਗ ਲੈ ਕੇ ਆਉਂਦਾ ਕਹਿੰਦਾ ਅੱਜ ਮੈਂ ਡਰੋਨ ਨਾਲ ਪੇਚਾ ਪਾਊਂਗਾ ਟੱਕਰ ਗਿਆ ਮੈਨੂੰ ਬਾਈ ਕਿਵੇਂ ਹਵਾ ਠੀਕ ਆ ਪੈਜੂ ਪੇਚਾ ਹਾਂਜੀ ਹਾਂਜੀ ਬਾਈ ਪੈਜੂਗਾ ਪੇਚਾ ਪੇਚੇ ਪਾਣ ਨਹੀਂ ਲੈ ਕੇ ਆਏ ਹਾਂ ਪੁਲਿਸ ਅੱਜ ਉਦਾਂ ਬਸੰਤ ਵੀ ਆ ਵੀਰੇ ਲੋਕੀ ਬਸੰਤ ਪੰਜਾਬ ਪਤੰਗ ਚੜਾਉਂਦੇ ਹੋਣੇ ਤੁਸੀਂ ਇੱਥੇ ਬਾਰਡਰ ਤੇ ਪਤੰਗ ਚੜਾਏ ਹਾਂਜੀ ਹਾਂਜੀ ਸੇਮ ਹੀ ਕਰਨ ਦੋ ਤਿਆਰ ਇਕੱਠੇ ਕਰ ਰਹੇ ਹਾਂ ਜੀ ਬਸੰਤ ਪੰਚਮੀ ਤੇ ਡਰੋਨ ਪੰਚਮੀ ਡਰੋਨ ਪੰਚਮੀ ਵੀ ਡਰੋਨ ਪੰਚਮੀ ਮੁੰਡੇ ਨਵਾਂ ਨਾਂ ਦਿੱਤਾ ਸੋ ਤਸਵੀਰਾਂ ਦਾ ਵੀ ਕਰੇ ਦਿਖਾਓ ਅੱਜ ਜਿੰਨੇ ਪੈਂਜਰੇ ਸੀਗੇ ਸਰਕਾਰ ਦੇ ਉਹਦੇ ਜਵਾਬ ਦੇ ਵਿੱਚ ਉਹਦੇ ਬਦਲ ਦੇ ਵਿੱਚ ਪੂਰੀ ਤਿਆਰੀ ਕਿਸਾਨਾਂ ਵੱਲੋਂ ਕਰ ਲਈ ਗਈ ਹੈ ਸੋ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਸਵੇਰੇ ਕੁਝ ਗੋਲੇ ਸਿੱਟੇ ਗਏ ਸੀਗੇ ਹੁਣ ਪੁਲਿਸ ਕੀ ਕਰਦੀ ਹੈ ਕਦੋਂ ਆਪਣਾ ਨਵਾਂ ਪੈਂਜਰਾ ਕੋਈ ਛੱਡਦੀ ਨਵਾਂ ਸ਼ੋਸ਼ਾ ਆਉਂਦਾ ਜਾਂ ਫਿਰ ਕੱਲ੍ਹ ਵਾਲੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਣਗੀਆਂ ਉਹਦੇ ਬਦਲ ਦੇ ਵਿੱਚ ਕਿਸਾਨਾਂ ਨੇ ਤਿਆਰੀ ਪੂਰੀ ਕਰ ਲਈ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਲਈ